ਤੋਂ ਲੈ ਕੇ ਅੱਜ 2 ਮਈ ਤੱਕ ਲੰਗਰ ਚੱਲ ਰਿਹਾ ਹੈ, ਅਟੁੱਟ ਲੰਗਰ ਚੱਲ ਰਿਹਾ ਹੈ ਬਿਨਾਂ ਨਾਗੇ ਤੋਂ। ਸੰਗਤਾਂ ਸਵੇਰੇ ਆਣ ਕੇ ਹੀ ਸੇਵਾ ਕਰਦੀਆਂ ਹਨ ਅਤੇ ਨਾਲ ਹੀ ਸਰਬੱਤ ਦੇ ਭਲੇ ਵਾਸਤੇ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਜਾਪ ਹੁੰਦੇ ਹਨ। ਪੂਰੀ ਦੁਨੀਆ ਇਸ ਵੇਲੇ ਕੋਰੋਨਾ ਮਹਾਮਾਰੀ ਦਾ ਕਹਿਰ ਝੇਲ ਰਹੀ ਹੈ। ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਮੱਧਮ ਵਰਗ ਦੇ ਲੋਕ ਅਤੇ ਗਰੀਬ ਤਬਕਾ ਜੋ ਰੋਜ਼ ਕਮਾ ਕੇ ਖਾਂਦਾ ਸੀ, ਹੁਣ 40 ਦਿਨ ਤੋਂ ਉੱਤੇ ਹੋ ਗਿਆ ਹੈ ਲੋਕਡਾਊਨ ਚੱਲਦਿਆਂ ਤੇ ਉਹਨਾਂ ਦਾ ਵੀ ਘਰ ਦੇ ਵਿੱਚ ਗੁਜ਼ਰ ਬਸਰ ਕਰਨਾ ਔਖਾ ਹੋ ਰਿਹਾ ਹੈ। ਜਿਸ ਦੇ ਚੱਲਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਲੋੜਵੰਦਾਂ ਨੂੰ ਸੁੱਕਾ ਰਾਸ਼ਨ ਮੁਹੱਈਆ ਕਰਵਾ ਰਹੀਆਂ ਨੇ ਅਤੇ ਕਈ ਗੁਰੂ ਘਰ ਅਜਿਹੇ ਨੇ, ਕਈ ਗ੍ਰਾਮ ਪੰਚਾਇਤਾਂ ਅਜਿਹੀਆਂ ਨੇ ਜੋ ਲਗਾਤਾਰ ਆਪਣੇ ਪੱਧਰ ਉੱਤੇ ਅਟੁੱਟ ਲੰਗਰ ਵਰਤਾ ਰਹੇ ਨੇ। ਅਸੀਂ ਗੱਲ ਕਰ ਰਹੇ ਹਾਂ ਕਪੂਰਥਲਾ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਗੋਸਲ ਦੀ, ਜਿੱਥੇ ਦੇ ਲੋਕਾਂ ਵੱਲੋਂ ਅਤੇ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਵਾਸੀ ਵੀਰਾਂ ਦੇ ਸਾਂਝੇ ਉੱਦਮ ਦੇ ਨਾਲ ਰੋਜ਼ਾਨਾ ਕਰੀਬ 500 ਲੋਕਾਂ ਨੂੰ ਭੋਜਨ ਤਿਆਰ ਕਰਕੇ ਦਿੱਤਾ ਜਾਂਦਾ ਹੈ ਅਤੇ ਫਿਰ ਵੱਖ ਵੱਖ ਪਿੰਡਾਂ ਵਿੱਚ ਜਾ ਰਹੇ ਲੋੜਵੰਦ ਪਰਿਵਾਰਾਂ, ਖਾਸ ਕਰਕੇ ਦੂਜੇ ਰਾਜਾਂ ਤੋਂ ਪੰਜਾਬ ਵਿੱਚ ਆਏ ਲੋਕਾਂ ਨੂੰ ਵਰਤਾਇਆ ਜਾਂਦਾ ਹੈ। ਮੈਂ ਗੁਰਦੁਆਰਾ ਦੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨਾਂ ਨੇ ਕਿ ਬੜੇ ਬਚਾਅ ਦੇ ਨਾਲ ਇੰਨਾ ਕੰਮ ਕੀਤਾ ਹੈ ਕਿ ਮੈਨੂੰ ਖੁਦ ਯਕੀਨ ਨਹੀਂ ਆ ਰਿਹਾ ਕਿ ਬੀਬੀਆਂ ਨੇ ਕਿੰਨੀ ਵੱਧ ਚੜ੍ਹ ਕੇ ਸੇਵਾ ਔਰ ਸੰਗਤ ਨੇ ਕੀਤੀ ਹੈ। ਉਹ ਬੜਾ ਦਿਲ ਖੁਸ਼ ਹੋਇਆ। ਅਗਰ ਕਿਸੇ ਨੇ ਅਖੰਡ ਪਾਠ ਕਰਾਉਣਾ ਹੈ ਤਾਂ ਇੱਥੋਂ ਸਿੱਖਿਆ ਜਾਵੇ ਕਿ ਕਿੰਨੀ ਛੋਟੀ ਸੰਗਤ ਨੇ ਕਿੰਨਾ ਵੱਡਾ ਉਪਰਾਲਾ ਕੀਤਾ ਹੈ। 28 ਤਰੀਕ ਤੋਂ ਲੈ ਕੇ ਮਾਰਚ ਤੋਂ ਲੈ ਕੇ ਗੋਸਲ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ ਜੋ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਜੋ ਲੰਗਰ ਤਿਆਰ ਕਰ ਰਹੀਆਂ ਹਨ ਸੰਗਤਾਂ ਬੀਬੀਆਂ ਦੀਆਂ ਵਿੱਚ ਬਹੁਤ ਵੱਡੀ ਖੂਬੀ ਹੈ। ਉਹ ਕਿਰਪਾ ਕਰਕੇ ਰੋਜ਼ ਆਣ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਹਨ, ਗਰਮ ਲੋਹ ਦੇ ਅੱਗੇ ਬਹਿ ਕੇ ਪ੍ਰਸ਼ਾਦਾ ਤਿਆਰ ਕਰਦੀਆਂ ਹਨ। 28 ਅਪ੍ਰੈਲ ਤੋਂ ਲੈ ਕੇ ਅੱਜ 2 ਮਈ ਤੱਕ ਲੰਗਰ ਚੱਲ ਰਿਹਾ ਹੈ, ਅਟੁੱਟ ਲੰਗਰ ਚੱਲ ਰਿਹਾ ਹੈ ਬਿਨਾਂ ਨਾਗੇ ਤੋਂ। ਸੰਗਤਾਂ ਸਵੇਰੇ ਆਣ ਕੇ ਹੀ ਸੇਵਾ ਕਰਦੀਆਂ ਹਨ ਅਤੇ ਨਾਲ ਹੀ ਸਰਬੱਤ ਦੇ ਭਲੇ ਵਾਸਤੇ ਰੋਜ਼ ਸ੍ਰੀ ਸੁਖਮਨੀ ਸਾਹਿਬ ਜੀ ਜਾਪ ਹੁੰਦੇ ਹਨ। ਇਸ ਗੋਸਲ ਪਿੰਡ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ। ਬਾਹਰ NRI ਸੰਗਤਾਂ ਵੱਲੋਂ ਬਹੁਤ ਇਸ ਲੰਗਰ ਵਿੱਚ ਬਹੁਤ ਯੋਗਦਾਨ ਹੈ। ਸਾਡੇ ਲਾਗੇ ਹੁਸੈਨਪੁਰ ਅਸੀਂ ਰੋਜ਼ ਵੱਖ ਵੱਖ ਥਾਵਾਂ 'ਤੇ ਪ੍ਰਸ਼ਾਦਾ ਤਿਆਰ ਕਰਕੇ ਜਾਂਦੇ ਹਨ। ਸੰਗਤਾਂ ਬਹੁਤ ਹੀ ਧੰਨਵਾਦ ਕਰਦੀਆਂ ਹਨ ਪਿੰਡ ਗੋਸਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸਾਡੇ ਪਿੰਡ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਜੋ ਕਿ ਕਰੋਨਾ ਨਾਂ ਦੀ ਬਹੁਤ ਇੱਕ ਭਿਆਨਕ ਬਿਮਾਰੀ ਕੋਲ ਦੁਨੀਆ 'ਤੇ ਆਈ ਆ, ਉਹਦੇ ਸੰਬੰਧ ਵਿੱਚ ਉਹਦੇ ਭਲੇ ਵਾਸਤੇ ਸਾਡੇ ਪਿੰਡ ਦੀ ਸਾਧ ਸੰਗਤ ਵੱਲੋਂ ਅਤੇ NRI ਵੀਰਾਂ ਵੱਲੋਂ ਇੱਕ ਬਹੁਤ ਵੱਡਾ ਯੋਗਦਾਨ ਉਪਰਾਲਾ ਕੀਤਾ ਗਿਆ ਜੋ ਕਿ ਹਰ ਇੱਕ ਲੋੜਵੰਦ ਸੰਗਤ ਨੂੰ ਪ੍ਰਸ਼ਾਦਾ ਇੱਥੋਂ ਤਿਆਰ ਕਰਕੇ ਛਕਾਉਣ ਦਾ ਜੋ ਉਪਰਾਲਾ ਪ੍ਰਣ ਕੀਤਾ ਗਿਆ ਆ, ਉਹਦੇ ਵਿੱਚ ਅਸੀਂ 28 ਮਾਰਚ ਤੋਂ ਇਹ ਪ੍ਰਸ਼ਾਦੇ ਦੀ ਸੇਵਾ ਸ਼ੁਰੂ ਕੀਤੀ ਸੀਗੀ ਜੋ ਕਿ ਸਾਡੀ ਬਿਨਨਾਗਾ ਇਹ ਸੇਵਾ ਚੱਲ ਰਹੀ ਆ। ਇਹਦੇ ਵਿੱਚ ਮੈਂ ਆਪਣੇ ਪਿੰਡ ਦੀ ਸਾਰੀ ਸਾਧ ਸੰਗਤ ਦਾ ਅਤੇ NRI ਵੀਰਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡੀਆਂ ਮਾਇਆ ਨਾਲ ਸੇਵਾਵਾਂ ਪਾਈਆਂ ਅਤੇ ਹੱਥੀਂ ਸੇਵਾ ਕਰਕੇ ਬੜਾ ਯੋਗਦਾਨ ਪਾਇਆ। ਅਤੇ ਪਰਮਾਤਮਾ ਕਰੇ ਕਿ ਇਹ ਜਿਹੜੀ ਨਾਮਰਾਦ ਬਿਮਾਰੀ ਹੈ ਖਤਮ ਹੋਵੇ ਅਤੇ ਜਿਹੜਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਉਹ ਠੀਕ ਹੋਵੇ ਅਤੇ ਹਰ ਇੱਕ ਆਪੋ ਆਪਣੇ ਕਾਰੋਬਾਰਾਂ 'ਚ ਲੱਗਣ ਅਤੇ ਖੁਸ਼ ਰਹਿਣ। ਮੈਂ NRI ਵੀਰਾਂ ਦੇ ਪਰਿਵਾਰਾਂ ਲਈ ਮਹਾਰਾਜ ਅੱਗੇ ਇਹੋ ਅਰਦਾਸ ਕਰਦਾ, ਇਹ ਮੇਰੇ ਮਾਲਕਾ ਜਿੰਨੇ ਵੀ ਮੇਰੇ NRI ਵੀਰ ਪ੍ਰਦੇਸ਼ਾਂ ਵਿੱਚ ਵੱਸਦੇ ਹਨ ਉਹਨਾਂ 'ਤੇ ਚੜ੍ਹਦੀ ਕਲਾ ਕਰੀ, ਉਹਨਾਂ ਦੇ ਪਰਿਵਾਰਾਂ 'ਤੇ ਖੁਸ਼ੀਆਂ ਬਖਸ਼ੀ, ਮਿਹਰ ਭਰਿਆ ਹੱਥ ਰੱਖੀ ਅਤੇ ਤੰਦਰੁਸਤੀਆਂ ਬਖਸ਼ੀ, ਕੱਲ੍ਹ ਦੁਨੀਆ ਦਾ ਭਲਾ ਕਰੀ। ਅਤੇ ਮੈਂ ਇਹ ਅਪੀਲ ਕਰਨਾ ਚਾਹੁੰਦਾ ਹਰ ਇੱਕ ਪਿੰਡ ਦੀ ਹੋਰ ਵੀ ਪਿੰਡਾਂ ਨੂੰ ਕਿ ਜਿੱਥੇ ਵੀ ਕੋਈ ਤੁਹਾਨੂੰ ਲੋੜਵੰਦ ਲੱਗਦਾ ਹੈ ਉੱਥੇ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਦੇਵੋ ਤਾਂ ਜੋ ਛੋਟੇ ਛੋਟੇ ਬੱਚੇ ਜੋ ਕਿ ਬਿਹਾਰ ਤੋਂ ਇੱਥੇ ਬੈਠੇ ਆ ਵਾਪਸ ਨਹੀਂ ਜਾ ਸਕੇ, ਉਹ ਭੁੱਖੇ ਧਿਆਏ ਬੈਠੇ ਕਿਉਂਕਿ ਕੰਮ ਵੀ ਬੰਦ ਹਨ ਅਤੇ ਨਾ ਹੀ ਉਹਨਾਂ ਦੇ ਕੋਲ ਕੋਈ ਪੈਸਾ ਰਿਹਾ ਜਾਣ ਵਾਸਤੇ ਅਤੇ ਉਹ ਆਪਣੇ ਬੜਾ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਆ। ਮੈਂ ਇਹੋ ਹੀ ਸਾਰੀ ਪੰਜਾਬ ਦੀ ਦੁਨੀਆ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਲੋਕਾਂ ਦੀ ਬਾਂਹ ਫੜੋ ਇਸ ਔਖੇ ਵੇਲੇ, ਕਿਉਂਕਿ ਅੱਜ ਇਹੋ ਹੀ ਆ ਕਿ ਹਰ ਇੱਕ ਦਾ ਇਨਸਾਨ ਹੀ ਇਨਸਾਨੀਅਤ ਦਾ ਸਾਨੀ ਆ। ਅਤੇ ਬੇਨਤੀ ਮੈਂ ਇਹੋ ਹੀ ਕਰਨੀ ਚਾਹੁੰਦਾ ਹਾਂ ਕਿ ਇਹਨਾਂ ਗਰੀਬਾਂ ਦੀ ਬਾਂਹ ਫੜ ਕੇ ਇਹਨਾਂ ਦੀ ਆਪਾਂ ਹਰ ਰੋਜ਼ ਯੋਗਦਾਨ ਜਿੰਨਾ ਵੀ ਕਿਸੇ ਕੋਲ ਪਾ ਹੁੰਦਾ ਉਹ ਵੱਧ ਤੋਂ ਵੱਧ ਪਾਓ ਤਾਂ ਜੋ ਕਿ ਇਹ ਭੁੱਖੇ ਢਿੱਡ ਨਾ ਸੌਣ, ਕਿਉਂਕਿ ਹਰ ਇੱਕ
जो कि बच्चा आ रोटी एक टाइम तक खा के सौवे क्योंकि परमात्मा की मर्जी आ जो एक करोपी आ उन्हें कदों ठीक करनी होनी परमात्मा को क्योंकि इतने तो साइंस फेल हो गई आ साडिया गौरमेंटा ने यह जरूर दस्या ही साढ़े को परमाणु बंब है कि इन्नी दुनिया मारन वास्ते पर यह नहीं कभी दस्या कि असी बंदे बचा भी सकते हैं। करो उधर बैठो जाकर इतना उठ जा ऐ और बहुत ही जो की चल जो Thank you.
ਗੁਰਬਾਣੀ ਖਾਨਮਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।